ਪਹਿਲਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡੇਂਗੂ ਦੇ ਬਾਰੇ 'ਚ, ਕਿਉਂਕਿ ਜੇ ਅਸੀਂ ਦੇਖੀਏ ਪਿਛਲੇ ਸਾਲਾਂ ਨੂੰ ਤਾਂ ਇਹਨਾਂ ਦਿਨਾਂ 'ਚ ਡੇਂਗੂ ਦੀ ਭਰਮਾਰ ਰਹੀ ਹੈ। ਜੇ ਪਿਛਲੇ ਸਾਲ ਤੋਂ ਉਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਵੱਡੀ ਮਾਤਰਾ ਵਿੱਚ ਉਸਦਾ ਸਾਨੂੰ ਖਮਿਆਜ਼ਾ ਭੁਗਤਣਾ ਪਿਆ। ਸੋ ਇਸ ਸਾਲ ਕੀ ਪੁਜ਼ੀਸ਼ਨ ਹੈ ਅਤੇ ਇਹਦੇ ਕੀ ਲੱਛਣ, ਪਬਲਿਕ ਨੂੰ ਸਾਡੇ ਦਰਸ਼ਕਾਂ ਨੂੰ ਦੱਸੋਗੇ ਕੀ ਇਹਦੇ ਲੱਛਣ ਹੁੰਦੇ ਨੇ ਅਤੇ ਕੀ ਇਹਦੇ ਵਿੱਚ ਬਚਾਓ ਕੀਤੇ ਜਾ ਸਕਦੇ। ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਜਿਹੜੇ ਇਹ ਵੈਕਟਰਬੋਰਨ ਡਿਜ਼ੀਜ਼ ਨੇ ਜਿਨ੍ਹਾਂ 'ਚ ਮਲੇਰੀਆ ਅਤੇ ਡੇਂਗੂ ਪ੍ਰਮੁੱਖ ਨੇ, ਇਹਨਾਂ ਦਾ ਜਿਹੜਾ ਡਰ ਹੈ ਉਹ ਬਿਲਕੁਲ ਸਤਾਉਣ ਲੱਗ ਪੈਂਦਾ। ਉਹ ਅਸੀਂ ਵੀ ਜਿਹੜੇ ਸਿਹਤ ਵਿਭਾਗ ਨੇ ਵੀ ਇਹਦੀਆਂ ਜਿਹੜੀ ਤਿਆਰੀਆਂ ਨੇ ਪਿਛਲੇ ਕਾਫੀ ਸਮੇਂ ਤੋਂ ਪਹਿਲਾਂ ਹੀ ਆਰੰਭ ਕਰ ਦਿੱਤੀਆਂ ਨੇ। ਜਿਹੜੇ ਸਾਡੇ ਵੱਡੇ ਹੋਸਪਿਟਲ ਨੇ ਜਿੱਥੇ ਇਨਡੋਰ ਦੇ ਦਾਖਲ ਕਰਨ ਦੀ ਸੁਵਿਧਾ ਹੈ, ਉੱਥੇ ਸਪੈਸ਼ਲ ਜਿਹੜੇ ਡੇਂਗੂ ਵਾਰਡ ਬਣਾਏ ਗਏ ਹੈ। ਸੋ ਇਹਦੇ ਸੰਬੰਧੀ ਜ਼ਿਲ੍ਹਾ ਪੱਧਰ 'ਤੇ ਵੀ ਜਿਹੜੇ ਸਾਡੇ ਜ਼ਿਲ੍ਹਾ ਪੱਧਰ ਦੇ ਜਿਹੜੇ ਆਫਿਸਰ ਸੀ ਵੱਖ ਵੱਖ ਵਿਭਾਗ, ਜਿਹਨਾਂ 'ਚ ਈਓਸ, BDPOs ਅਤੇ ਸਾਡੇ ਜਿਹੜੇ ਹੋਰ ਜਿਹੜੀਆਂ ਸਿਹਤ ਸਕੂਲੀ ਅਦਾਰੇ ਸੀਗੇ ਉਹਨਾਂ ਦੇ ਮੁਖੀਆਂ ਦੀ, DC ਸਾਹਿਬ ਦੀ ਰਹਿਨੁਮਾਈ ਮੀਟਿੰਗ ਵੀ ਹੋ ਚੁੱਕੀ ਹੈ। ਸੋ ਉਹਦੇ 'ਚ ਵੀ ਹਰ ਇੱਕ ਵਿਭਾਗ ਨੂੰ ਜਿਹੜਾ ਉਹਦਾ ਬਣਦਾ ਰੋਲ ਹੈ ਉਹਦੇ ਬਾਰੇ ਦੱਸ ਦਿੱਤਾ ਗਿਆ ਹੈ ਕਿ ਜਿਹੜੇ ਯੂਜ਼ ਨੇ ਉਹ ਆਪਣੇ ਸ਼ਹਿਰ 'ਚ ਪਾਣੀ ਨਹੀਂ ਖੜਨ ਦੇਣਾ ਅਤੇ ਸਾਫ਼ ਸਫਾਈ ਦਾ ਵੀ ਜਿਹੜਾ ਧਿਆਨ ਰੱਖਣਗੇ। ਅਤੇ ਸਿਹਤ ਵਿਭਾਗ ਨੂੰ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਮੈਂਬਰਸ ਹੈ ਉਹ ਜਿਹੜਾ ਪੂਰਾ ਸਹਿਯੋਗ ਦੇਣਗੇ। ਸੋ ਉਹਦੇ 'ਚ ਘਰਾਂ 'ਚ ਜਾ ਕੇ ਸਰਵੇ ਵੀ ਕੀਤੇ ਜਾਣਗੇ, ਜਿਹੜੇ ਲੋਕਾਂ ਦੇ ਘਰਾਂ 'ਚ ਕੂਲਰਾਂ 'ਚ ਜਾਂ ਕਿਸੇ ਹੋਰ ਕੰਟੇਨਰ 'ਚ ਪਾਣੀ ਪਾਇਆ ਗਿਆ ਉਹਨਾਂ ਨੂੰ ਜਿਹੜਾ ਹੈਗਾ ਸਿਹਤ ਵਿਭਾਗ ਵੱਲੋਂ ਮਾਮੂਲੀ ਜੇ ਸੈਲਾਨਿੰਗ ਦੀ ਜਾਂ ਜਿਹੜਾ ਉਹਦੇ ਵਾਸਤੇ ਫਾਈਨ ਦੀ ਵੀ ਸੰਵਿਧਾਨ ਹੈ। ਸੋ ਉਹਦੇ 'ਚ ਵੀ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਾਰਿਆਂ ਨੂੰ ਜਿਹੜੇ ਹੈਗੇ ਆ ਆਦੇਸ਼ ਦੇ ਦਿੱਤੇ ਗਏ। ਡਾਕਟਰ ਸਾਹਿਬ, ਹੁਣ ਤੱਕ ਜੇ ਆਪਾਂ ਗੱਲ ਕਰੀਏ ਆਪਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿੰਨੇ ਕੁ ਕੇਸ ਪੋਜ਼ੀਟਿਵ ਆ ਚੁੱਕੇ ਨੇ ਇਸ ਦੇ ਡੇਂਗੂ ਦੇ ਬਾਰੇ 'ਚ? ਇਹ ਜਿਹੜੇ ਕੱਲ੍ਹ ਤੱਕ ਦੀ ਰਿਪੋਰਟ ਹੈ ਉਹਦੇ 'ਚ 21 ਕੇਸ ਜਿਹੜੇ ਹੈਗੇ ਆ ਡੇਂਗੂ ਪੋਜ਼ੀਟਿਵ ਜਿਹੜੇ ਆ ਪੂਰੇ ਜ਼ਿਲ੍ਹੇ ਭਰ 'ਚ ਰਿਪੋਰਟ ਹੋਏ ਨੇ। ਉਹ ਜਿਹੜੇ ਹੈਗੇ ਇਹਦੇ ਵੱਲ ਟੈਸਟਿੰਗ ਦਾ ਜਿਹੜੇ ਦੱਸ ਦਈਏ ਕਿ ਇਹ ਜ਼ਿਲ੍ਹੇ ਦੀ ਜਿਹੜੀ ਸਾਡੀ IDSP ਲੈਬ ਹੈ ਉੱਥੇ ਦੀ ਜਿਹੜੀ ਟੈਸਟਿੰਗ ਹੈ ਉਹੀ ਮਾਨਤਾ ਪ੍ਰਾਪਤ ਹੈ। ਮੈਂ ਇਸ ਮੌਕੇ 'ਤੇ ਸਾਡੇ ਜਿਹੜੇ ਪ੍ਰਾਈਵੇਟ ਹੋਸਪਿਟਲ ਦੇ ਮਾਲਕ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਡੇਂਗੂ ਸੰਬੰਧੀ ਕੋਈ ਵੀ ਜਿਹੜੇ ਹੈਗੇ ਆ ਮਰੀਜ਼ਾਂ ਦਾ ਜਿਹੜਾ ਡਿਕਲੇਅਰ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਤੋਂ ਜਿਹੜੇ ਹੈਗੇ ਉਸਦੀ ਜਿਹੜੀ ਹੈ ਅਤੇ ਸਾਡੀ ਲੈਬ ਤੋਂ ਉਹਦਾ ਟੈਸਟ ਪੋਜ਼ੀਟਿਵ ਹੋਣਾ ਜ਼ਰੂਰੀ ਹੈ। ਤਾਂ ਉਹ ਕਿਸੇ ਵੀ ਤਰ੍ਹਾਂ ਦਾ ਅਫਵਾਹਾਂ ਜਾਂ ਡਰ ਲੋਕਾਂ 'ਚ ਨਾ ਫੈਲਾਉਣ, ਤਾਂ ਕਿ ਜਿਹੜਾ ਇਸ ਜਿਹੜੀ ਬਿਮਾਰੀ ਹੈ ਇਹਨੂੰ ਹੁਣ ਸਮਾਂ ਹੈ ਕਿ ਆਪਾਂ ਕੀ ਕਦਮ ਲੈ ਕੇ ਉਹਨੂੰ ਕਾਬੂ ਕਰ ਸਕਦੇ ਹਾਂ, ਇਸ ਤੋਂ ਪੂਰਾ ਬਚਿਆ ਜਾ ਸਕਦਾ। ਡਾਕਟਰ ਸਾਹਿਬ, ਇਹ ਪ੍ਰਾਈਵੇਟ ਹਸਪਤਾਲਾਂ 'ਚ ਇਸਦਾ ਇਲਾਜ ਕਰਵਾਇਆ ਜਾ ਸਕਦਾ, ਹੋ ਸਕਦਾ? ਦੇਖੋ, ਇਹ ਵਾਇਰਲ ਬਿਮਾਰੀ ਹੈ, ਇਹਦਾ ਇੱਕ ਮਲੇਰੀਆ ਵਾਂਗੂ ਇਹਦਾ ਇੱਕ ਮੱਛਰ ਦੇ ਦੁਆਰਾ ਹੀ ਫੈਲਦੀ ਹੈ। ਬਟ ਇਹਦੇ ਜਿਹੜੇ ਕੁਛ ਲੱਛਣ ਨੇ ਕੁਛ ਜਿਹੜੇ ਥੋੜ੍ਹੇ ਜਿਹੇ ਫਰਕ ਨੇ। ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਡਰ ਹੁੰਦਾ ਹੈ ਕਿ ਜਿਹੜੇ ਪਲੇਟਲੈਟ ਸਾਡੀਆਂ ਨੇ ਉਹ ਘੱਟ ਜਾਂਦੀਆਂ ਨੇ। ਪਲੇਟਲੈਟ ਘਟਣ ਨਾਲ ਜਿਹੜੀ ਬਲੀਡਿੰਗ ਟੈਂਡੈਂਸੀਜ਼ ਹੈ, ਚਾਹੇ ਅੰਦਰ ਹੈ, ਚਾਹੇ ਬਾਹਰ ਹੈ, ਚਾਹੇ ਜੋੜਾਂ 'ਚ ਹੈ, ਚਾਹੇ ਸਾਡੇ ਮਸੂੜਿਆਂ 'ਚ ਹੈ, ਉਹਨਾਂ 'ਚ ਜਿਹੜਾ ਹੈਗਾ ਉਹ ਬਲੱਡ ਨਿਕਲਣ ਲੱਗ ਪੈਂਦਾ। ਸੋ ਨੋ ਡਾਊਟ ਪ੍ਰਾਈਵੇਟ ਅਦਾਰੇ ਅੱਛੇ ਨੇ, ਉੱਥੇ ਵੀ ਕਰ ਸਕਦੇ ਆ, ਪਰ ਉਹਨਾਂ ਨੂੰ ਹੀ ਇਸ ਤਰ੍ਹਾਂ ਦੇ ਮਰੀਜ਼ ਦਾਖਲ ਕਰਨੇ ਚਾਹੀਦੇ ਜਿੱਥੇ ਬਲੱਡ ਟਰਾਂਸਫਿਊਜ਼ਨ ਜਾਂ ਪਲੇਟਲੈਟ ਟਰਾਂਸਫਿਊਜ਼ਨ ਦੀ ਸੁਵਿਧਾ ਹੋਵੇ। ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਵੀ ਦੱਸਿਆ ਜਾਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਖੜ੍ਹੇ ਹੋਏ ਪਾਣੀ ਦੇ ਵਿੱਚ ਇਸਦਾ ਲਾਰਵਾ ਪੈਦਾ ਹੁੰਦਾ, ਅਤੇ ਉਹ ਕਿੰਨੇ ਦਿਨਾਂ ਦੇ ਪਾਣੀ ਕੰਟੀਨਿਊ ਖੜ੍ਹਾ ਰਹਿੰਦਾ ਤਾਂ ਉਹ ਲਾਰਵਾ ਪੈਦਾ ਹੋਣ ਦੇ ਚਾਂਸਿਸ ਨੇ? ਜਿਵੇਂ ਆਪਾਂ ਹੁਣ ਡਰਾਈ ਡੇ ਕੰਸੈਪਟ ਦੀ ਗੱਲ ਕੀਤੀ ਹੈ, ਇਹਦਾ ਹੈਗਾ ਕਿ ਇੱਕ ਹਫ਼ਤੇ 'ਚ ਜਿਹੜਾ ਇਹਦਾ ਲਾਈਫ ਸਾਈਕਲ ਜਿਹੜਾ ਕੰਪਲੀਟ ਹੋ ਜਾਂਦਾ। ਸੋ ਆਪਾਂ ਜੇ ਇੱਕ ਹਰ ਇੱਕ ਸ਼ੁੱਕਰਵਾਰ ਹੀ ਲੈ ਕੇ ਚੱਲੀਏ ਅਤੇ ਆਪਾਂ ਉਸ ਦਿਨ ਜਿਹੜੇ ਸਾਰੇ ਘਰ ਦੇ ਭਾਂਡੇ ਜਾਂ ਕੂਲਰ ਜਾਂ ਜਿਹੜੇ ਹੈਗੇ ਫਰਿੱਜ ਦੀ ਪਲੇਟਸ ਜਾਂ ਹੋਰ ਜਿਹੜੇ ਆ ਉਹਨਾਂ ਨੂੰ ਆਪਾਂ ਖਾਲੀ ਕਰਕੇ ਸੁਕਾ ਲਈਏ ਤਾਂ ਉਹ ਜਿਹੜੀ ਇਹਦੀ ਚੇਨ ਹੈ ਉਹਨੂੰ ਤੋੜਿਆ ਜਾ ਸਕਦਾ। ਅਤੇ ਇਹਦਾ ਜਿਹੜਾ ਅੰਡੇ ਤੋਂ ਲੈ ਕੇ ਅਡਲਟ ਤੱਕ ਦਾ ਜਿਹੜਾ ਸਾਈਕਲ ਹੈ ਉਹਨੂੰ ਰੋਕਿਆ ਜਾ ਸਕਦਾ ਅਤੇ ਸਿਮਲਰਲੀ ਡੇਂਗੂ ਦਾ ਜਿਹੜਾ ਫੈਲਾਅ ਉਹਨੂੰ ਰੋਕਿਆ ਜਾ ਸਕਦਾ। ਯਾਨੀ ਕਿ ਕੁੱਲ ਮਿਲਾ ਕੇ ਅਗਰ ਆਪਾਂ ਹਫ਼ਤੇ 'ਚ ਇੱਕ ਦਿਨ ਸ਼ੁੱਕਰਵਾਰ ਨੂੰ ਡਰਾਈ ਡੇ ਮਨਾ ਲਈਏ
ਕਿ ਕਿਤੇ ਵੀ ਸਾਡੇ ਪਾਣੀ ਨਾ ਹੋਵੇ, ਸਾਰਾ ਉਹਨੂੰ ਸੁੱਕਾ ਰੱਖੀਏ ਅਤੇ ਉਹਦੇ 'ਚ ਬਚਾਅ ਹੋ ਸਕਦਾ। ਬਹੁਤ ਲਾਭਦਾਇਕ ਹੋਏਗਾ ਜੇ ਆਪਾਂ ਸਾਰੇ ਇਸ ਦੀ ਪਾਲਣਾ ਕਰੀਏ ਤਾਂ ਪੇਂਡੂ ਖੇਤਰ, ਸ਼ਹਿਰੀ ਖੇਤਰ, ਦਫ਼ਤਰਾਂ 'ਚ ਜਿੱਥੇ ਵੀ ਆਪਾਂ ਕਰ ਸਕੀਏ, ਇਹ ਬਹੁਤ ਜ਼ਰੂਰੀ ਹੈ ਅਤੇ ਬਹੁਤ ਮਹੱਤਵਪੂਰਨ ਇੱਕ ਸਟੈਪ ਹੈ। ਡਾਕਟਰ ਸਾਹਿਬ, ਇਹਦੇ 'ਚ ਦੇਖਣ 'ਚ ਇਹ ਵੀ ਆਉਂਦਾ ਕੁਛ ਕਿ ਜਿੱਥੇ ਲਾਰਵਾ ਪੈਦਾ ਹੁੰਦਾ ਉਹ ਆਸ ਪੜੋਸ 'ਚ ਵੀ ਜ਼ਿਆਦਾ ਨੁਕਸਾਨ ਕਰਦਾ? ਦੇਖੋ, ਲਾਰਵਾ ਨੇ ਅਲਟੀਮੇਟਲੀ ਵੱਡਾ ਹੋਣਾ, ਉਸ ਤੋਂ ਵੱਡਾ ਹੋ ਕੇ ਉਹਨੇ ਉੱਡਣਾ ਹੈ, ਉੱਡ ਕੇ ਫਿਰ ਉਹ ਇੱਧਰ ਨੂੰ ਵੀ ਜਾ ਸਕਦਾ ਹੈ, ਦੂਜੇ ਪਾਸੇ ਵੀ ਜਾ ਸਕਦਾ, ਜਿੱਧਰ ਉਹ ਜਾਏਗਾ ਉੱਧਰ ਨੁਕਸਾਨ ਕਰੇਗਾ। ਸੋ ਸਾਨੂੰ ਇਸਦਾ ਮਕਸਦ ਇਹ ਹੈ ਕਿ ਆਪਣੇ ਘਰ ਤੋਂ ਇਲਾਵਾ ਅੜੋਸ ਪੜੋਸ ਦਾ ਵੀ ਥੋੜ੍ਹਾ ਜਿਹਾ ਇਸ ਗੱਲ ਪਿੱਛੇ ਗੌਰ ਕਰੀਏ। ਸਰ, ਇਹਦਾ ਕਿਤੇ ਨਾ ਕਿਤੇ ਇੱਕ ਸੈਂਟਰ ਹੁੰਦਾ ਹੈ, ਉੱਥੋਂ ਫਿਰ ਅੱਗੇ ਫੈਲਦਾ, ਉੱਥੋਂ ਜਿੱਥੇ ਉਹਨੂੰ ਮੌਕਾ ਮਿਲੇਗਾ ਉਹਨੇ ਅੱਗੇ ਆਪਣਾ ਜਿਹੜਾ ਹੈਗਾ ਨੈਕਸਟ ਜਿਹੜਾ ਸਾਈਕਲ ਸ਼ੁਰੂ ਕਰ ਲੈਣਾ। ਸੋ ਇਹਦਾ ਖਾਸ ਕਰਕੇ ਪਹਿਚਾਣ ਹੈ ਕਿ ਜਿਹੜਾ ਡੇਂਗੂ ਵਾਲਾ ਮੱਛਰ ਹੈ ਇਹ ਦਿਨ 'ਚ ਕੱਢਦਾ ਅਤੇ ਜ਼ਿਆਦਾਤਰ ਜਿਹੜੇ ਹੈਗੇ ਆਪਣੀ ਲੱਤਾਂ ਦੇ ਜਿਹੜੇ ਗੋਡਿਆਂ ਤੋਂ ਥੱਲੇ ਜਿਹੜੇ ਆਪਣੀ ਲੱਤਾਂ ਨੇ ਉਹਨਾਂ 'ਤੇ ਜ਼ਿਆਦਾ ਕੱਢਦਾ। ਇਸ ਲਈ ਆਪਾਂ ਸਾਰਿਆਂ ਨੂੰ ਹਦਾਇਤ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਜਿਹੜੇ ਆਪਣੇ ਪੂਰੇ ਜਿਹੜੇ ਲੱਤਾਂ ਕਵਰ ਕਰਨ ਵਾਲੇ ਜਿਹੜੇ ਪਜਾਮੇ ਜਾਂ ਪੈਂਟਾਂ ਪਾਉਣ ਅਤੇ ਈਵਨ ਪੈਰ ਵੀ ਜਰਾਬਾਂ ਨਾਲ ਢੱਕ ਕੇ ਰੱਖਣ। ਥੈਂਕ ਯੂ ਸਰ, ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀਆਂ ਤੁਸੀਂ ਜਾਣਕਾਰੀਆਂ ਦਿੱਤੀਆਂ, ਇਸ ਲਈ